ਪਹਿਲੀ ਕਬੱਡੀ ਜੰਡਿਆਲਾ ਮੰਝਕੀ ਪਿੰਡਾ ਮੁੰਡੇ ਦਾ ਤੇ ਯਾਰ ਨੂੰ ਪੰਡਿਤ ਪੰਡਿਤ ਕਹਿੰਦੇ ਆ ਯਾਰ ਨੂੰ ਪੰਡਿਤ ਪੰਡਿਤ ਕਹਿੰਦੇ ਆ ਇੱਕ ਕੰਨੀ ਤੇ ਦੀਪਾ ਖੜ ਗਿਆ ਨਾਲ ਕਹਿੰਦੇ ਗੱਗੀ ਖੜ ਗਿਆ ਗੱਗੀ ਇਹਨੂੰ ਪੰਡਿਤ ਪੰਡਿਤ ਕਹਿੰਦੇ ਆ ਤੇ ਨਾਲ ਦੀਪਾ ਪੰਡਿਤ ਤੇ ਦੀਪਾ ਪੰਡਿਤ ਤੇ ਪੰਡਿਤ ਜੀ ਆਜੋ ਕੋਈ ਗੱਲ ਨੀ ਆਜੋ ਪੰਡਿਤ ਜੀ ਅਗਲੀ ਕਬੱਡੀ ਪਿਛਲੇ ਸਾਲ ਯੂਰਪ ਦੇ ਵਿੱਚ ਆਹ ਮੁੰਡੇ ਨੇ ਰੇਡਾਂ ਪਾਈਆਂ ਤੇ ਕਮਾਲ ਕੀਤੀ ਹੈ ਅੱਜ ਦੇ ਟਾਈਮ ਦੇ ਵਿੱਚ ਬੜੀ ਮੰਗ ਹੈ ਨੌਜਵਾਨ ਦੀ ਕੱਢੀ ਪਈ ਹੋਈ ਹੈ ਸਾਹਮਣੇ ਦਰਲੇ ਪਾਸੇ ਇੱਥੇ ਰੱਖ ਨਹੀਂ ਉਹ ਰੀਸਾ ਕਿਆ ਬਾਤ ਹੈ ਜਲ ਵੀ ਜੋਗੀ ਪਾਦੇ ਕਬੱਡੀ ਆਹ ਖਿਡਾਰੀ ਦਾ ਦਰਸ਼ਕ ਵੀਰੇ ਸਾਲ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਤੀਰਥ ਦਵਾਲ ਉਹਨਾਂ ਦੀ ਬਦੌਲਤ ਇਹ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ ਤੇ ਮੁੰਦਰਾਂ ਦੇ ਵਿੱਚੋਂ ਮੈਨੂੰ ਤੂੰ ਦਿਸਦਾ ਜੇ ਮੈਂ ਜਿਹੜੇ ਪਾਸੇ ਜਾਵਾਂ ਰੰਗੀਲਿਆ ਤੇਰਾ ਮੂੰਹ ਦਿਸਦਾ ਬੱਲੇ 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 ਜੋਗੀ 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 ਦੇ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਹਾਏ ਰੱਬਾ ਹਾਏ ਰੱਬਾ ਏ ਆ ਏ ਆ ਏ ਆ ਸਵਾਦਾ ਦਰਸ਼ਕ ਵੀਰੋ ਕਿੱਦਾਂ ਕੀ ਹਾਲ ਚਾਲ ਆਹ ਪੱਲੇ ਗੁੰਨੂ ਸਿੰਦਰੀ ਪਿੰਡ ਵਾਲੇ ਹੁਸ਼ਿਆਰਪੁਰ ਵਾਲੇ ਇੱਕ ਵਾਰੀ ਤਾੜੀ ਮਾਰੋ ਮੁੰਡੇ ਵਾਸਤੇ ਐਵੇਂ ਰੰਗੀਲਿਆ ਮੇਲਾ ਵੱਜ ਗਿਆ ਵੱਜਿਆ ਤੇ ਸੁਭਾ ਰਹੀ ਹੈ ਪਰ ਰਣਜੀਤ ਜੀ ਸੇਵਾ ਸਿੰਘ ਜੀ ਸਰਪੰਚ ਸਾਹਿਬ ਆਹ ਮੈਚ ਨੇ ਦੁੱਖ ਤੋੜ ਦੇਣੇ ਹੈ ਆਹ ਕਬੱਡੀ ਸੁਖਵੀਰ ਰੈਂਬੋ ਦੀ ਸਾਹਮਣੇ ਇੱਕ ਦੇ ਜ਼ੋਰ ਨਾਲ ਮੁੰਡਾ ਗੁਰਦਾਸਪੁਰੀ ਆਏ ਬੱਲੇ 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 ਆਹ ਕਬੱਡੀ ਕਬੱਡੀ ਹੋ ਗਈ ਮਿੱਤਰੋ ਰੈਂਬੋ ਨੰਬਰ ਆਪਣੀ ਟੀਮ ਦੇ ਹਿੱਸੇ ਅੱਕ ਦਾ ਵਾਧਾ ਕਰ ਗਿਆ ਚੱਲ ਵੀ ਪਿੱਕੀ ਪਾੜੇ ਰੇਡ ਬੜੇ ਪਿੰਡੀਆਂ ਪਿੱਕੀ ਆ ਗਿਆ ਕਬੱਡੀ ਪਾਉਣ ਲਈ ਬੋਲ ਆਹ ਬੜੇ ਪਿੰਡ ਵਾਲਾ ਪਿੱਕੀ ਕਬੱਡੀ ਪਾ ਰਿਹਾ ਬੜੇ ਪਿੰਡ ਵਾਲਿਆ ਬੜੇ ਪਿੰਡ ਵਾਲਿਆ ਬੜੇ ਪਿੰਡ ਵਾਲਿਆ ਪਰ ਸਾਹਮਣੇ ਦੀਪਾ 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 ਚੱਕ ਦੇ ਸੋਈ ਪਿੰਡ ਵਾਲਾ ਦੀਪਾ ਬੱਲੇ 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 ਪੰਡਿਤ ਜੀ ਆ ਗਏ ਆ ਅਲੀ ਜੀ ਪੰਡਿਤ ਜੀ ਆ ਗਏ ਆ ਲਓ ਅਗਲੀ ਰੇਡ ਪੰਡਿਤ ਦੀ ਬਰ ਕੇ ਕਬੱਡੀ ਪਾਉਣਾ ਹੋਇਆ ਸਾਹਮਣੇ ਚਾਰ ਨੇ ਸੰਦੀਪ ਗੁੱਜਰ ਦੀ ਚਰਚਾ ਹੈ ਪੰਜਾਬ ਦੇ ਮੇਲਿਆਂ ਤੇ ਉਹ ਕਹਿੰਦੇ ਸਦੀਕ ਗੁੱਜਰ ਦੀ ਚਰਚਾ ਪਰ ਆਹ ਮੁੰਡਾ ਕਹਿੰਦੇ ਨਵਾਂ ਜਿਹਾ ਉੱਠਿਆ ਸਿੱਖ ਸਰਦਾਰ ਵਧੀਆ ਜੱਫੇ ਪਾਉਂਦਾ ਰੰਗੀਲਿਆ ਇਧਰਲੇ ਪਾਸੇ ਨੂੰ ਵੇਖੀ ਉਹ ਬੱਲੇ ਲੁੱਟਣ ਵਾਓ ਨਸਰਾਲੇ ਵਾਲਿਆ ਨਸਰਾਲੇ ਵਾਲਿਆ ਆਇਆ ਹਰਖ ਵਾਲੀ ਆ ਗਲੈਰੀ ਬਾਈ ਆ ਰੇਡਰ ਦਾ ਨਾਂ ਦੱਸ ਕੇ ਜਾਵੀ ਮੇਰਾ ਭਰਾ ਤਾਲਾ ਤਰੀਏ ਵਾਲਾ ਮਾਣ ਕਰਦਾ ਪਰ ਸਾਹਮਣੇ ਕੌਣ ਆ ਗਿਆ ਔਰ ਰੁੜਕੀ ਵਾਲਾ ਬਾਰੂ ਬਰੂਦ ਬਣ ਕੇ ਆ ਗਿਆ ਔਰ ਰੁੜਕੀ ਵਾਲਾ ਬਾਰੂ ਬਰੂਦ ਬਣ ਕੇ ਆ ਗਿਆ ਇਹ ਤੋਂ ਬਾਅਦ ਮਾਤਾ ਪੰਜਾਬ ਕੌਰ ਸੰਦੀਪ ਨੰਗਲੰਬੀਆ ਸ਼ਾਹਕੋਟ ਤੇ ਸੰਤ ਬਾਬਾ ਓਂਕਾਰ ਨਾਲ ਕਬੱਡੀ ਕਲੱਬ ਕਾਲੇ ਬਾਈਆਂ ਪਰ ਇਧਰਲੇ ਪਾਸੇ ਮੁੰਡਾ ਸਦੀਕ ਗੁੱਜਰ ਅੱਜ ਦੇ ਟਾਈਮ ਦੇ ਵਿੱਚ ਆ ਜਾਫੀ ਦੇ ਵਿੱਚ ਉਂਝ ਚਰਚਾ ਜੇ ਪੰਜਾਬ ਦੇ ਮੇਲਿਆਂ ਤੇ
ਮੁੰਡਾ ਗੁੱਜਰਾਂ ਦਾ ਜੇ ਫੇਲ ਆਉਂਦਾ ਚੱਲ ਵੀ ਪਰਦਾ ਪਾਰੇ ਅਗਲੀ ਰੇਡ ਉਹ ਪੰਡਤ ਦੀ ਕਬੱਡੀ ਪੈਣ ਜਾ ਰਹੀ ਹੈ ਤੇ ਬੋਲ ਮੇਰੇ ਯਾਰ ਦੇ ਉਹ ਪੰਡਤ 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 ਹਨੀ ਪੰਡਤ ਆ ਪੰਡਤ ਪੰਡਤ ਕਹਿੰਦੇ ਕਬੱਡੀ ਪਾ ਰਿਹਾ ਤੇ ਘੇਰੀ ਵਿੱਚ ਉਸਤਾਦ ਵੀ ਆ ਗਿਆ ਇੱਕ ਕੰਨੀ ਤੇ ਚੇਲਾ ਤੇ ਦੂਏ ਮੰਨੇ ਉਸਤਾਦ ਪਰ ਮੈਨੂੰ ਲੱਗਦਾ ਗੱਗੀ ਗੱਗੀ ਇਹਨੇ ਭੱਜ ਜਾਣਾ ਗੱਗੀ ਇਹਨੇ ਭੱਜ ਜਾਣਾ ਇਹਦਾ ਨਾਂ ਅੰਮ੍ਰਿਤ ਸਿੰਘ ਆ ਤੇ ਕਬੱਡੀ ਵਿੱਚ ਭੂੰਡੀ ਭੂੰਡੀ ਕਹਿੰਦੇ ਆ ਗੁਰਦਾਸਪੁਰੀ ਆ ਅਰਸ਼ ਹੁਸ਼ਿਆਰਪੁਰੀ ਆ ਸਦੀਕ ਗੁੱਜਰ ਤੇ ਦੂਏ ਬੰਨੇ ਸੁਨੀਲ ਉਸਤਾਦ ਦਾ ਪੱਠਾ ਸੰਦੀਪ ਗੁੱਜਰ ਹੈਗਾਰਾ ਦਾ ਸੁਨੀਲ ਉਸਤਾਦ ਦਾ ਪੱਠਾ ਸੰਦੀਪ ਗੁੱਜਰ ਕਬੱਡੀ 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 ਹੋ ਗਈ ਮਿੱਤਰੋ ਅੰਮ੍ਰਿਤ ਮਾਧੋਪੁਰੀ ਹੈ ਅਗਲੀ ਰੇਡ ਕਰਨ ਮੁੱਢੀ ਪਿੰਡ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਦੀਪਿਆ ਲੈ ਵੀ ਗੱਗੀ ਲੈ ਵੀ ਗੁੰਨੂ ਕਰ ਕਮਾਲ ਉਧਰ ਯਾਰਾਂ ਦਾ ਯਾਰ ਕਹਿੰਦੇ ਸੁੱਖਾ ਘੁੱਗ ਛੋਰੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਵੱਡੇ ਭਰਾ ਦਾ ਨਾਲ ਕਮਲਜੀਤ ਸਿੰਘ ਜੰਡ ਨਾਲ ਗਗਨ ਹੁਣੀ ਬੜਾ ਜੱਫਾ ਕਹਿੰਦੇ ਦੀਪੇ ਨੇ ਲਾਇਆ ਤੇ ਤਗੜਾ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਸੇ ਜੋੜਿਆ ਵੱਡੇ ਬਾਈ ਪੰਜਾਬ ਕੌਰ ਕਬੱਡੀ ਕਲੱਬ ਸ਼ਾਹਕੋਟ ਤੇ ਸੰਤ ਬਾਬਾ ਓਂਕਾਰਨਾਥ ਕਬੱਡੀ ਕਲੱਬ ਕਾਲੇ ਬਾਈਆਂ ਦੀ ਟੀਮ ਰੰਗੀ ਲਿਆ ਦੋਵੇਂ ਟੀਮਾਂ ਜਲਦੀ ਖੇਡ ਗਰਾਊਂਡ ਦੇ ਵਿੱਚ ਆ ਜਾਣ ਲਓ ਸੁਖਵੀਰ ਨੂੰ ਪਿਆਰ ਦੇ ਨਾਲ ਰੰਗੀਲਿਆ ਦੁਨੀਆ ਰੈਂਬੋ ਕਹਿੰਦੀ ਹੈ ਹਰ ਰੈਂਬੋ ਨੰਬਰ ਲੈ ਕੇ ਤੇ ਵਾਪਸ ਇਸੇ ਮੁੰਡੇ ਦੇ ਕਹਿੰਦੇ ਵਿੱਕੀ ਕਬੱਡੀ ਪਾ ਰਿਹਾ ਵਿੱਕੀ ਨੇ ਕਬੱਡੀ ਪਾਤੀ ਆ ਕਾਲਾ ਦਰੀਏ ਵਾਲਾ ਤੇ ਵੱਡਾ ਭਰਾ ਮਾਤਾ ਦਰਸ਼ਨ ਕੌਰ ਦੀਆਂ ਅੱਖਾਂ ਦਾ ਤਾਰਾ ਸੁੱਖਾ ਘੁੱਗ ਛੋਰ ਵਾਲਾ ਬੈਠਾ ਆ ਪਰ ਵਿੱਕੀ ਤੇ ਗੱਗੀ ਵਿੱਕੀ ਤੇ ਗੱਗੀ ਬਾਈ ਥੋੜੀ ਗਰਾਊਂਡ ਕਲੀਅਰ ਕਰੋ ਉਹ ਕਿਹੜੇ ਕਿਹੜੇ ਚਾਹੁੰਦੇ ਕਿ ਗੱਗੀ ਰੇਡਾ ਪਾਵੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਬਈ ਕਿਹੜੇ ਕਿਹੜੇ ਗੱਗੀ ਨੂੰ ਪਿਆਰ ਕਰਦੇ ਆ ਤਾੜੀਆਂ ਫੁੱਲ ਮਾਰ ਦਿਓ ਪਰ ਮੁੰਡਾ ਗੁਰਦਾਸਪੁਰੀ ਹਾਰ ਗਿਆ ਮੋਰੇ ਅਰਸ਼ ਬੱਲੇ 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 ਤਾੜੀ 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 ਜ਼ੋਰਦਾਰ ਮਾਰ ਦਿਓ ਵਾਹ ਉਹ ਰੰਗੀਲੇ ਨਹੀਂ ਉਹ ਰੀਸਾ ਤੇਰੀਆਂ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਵੀ ਆ ਕਬੱਡੀ ਕਲੱਬ ਸ਼ਾਹਕੋਟ ਤੇ ਸੰਤ ਬਾਬਾ ਓਂਕਾਰਨਾਥ ਕਬੱਡੀ ਕਲੱਬ ਕਾਲੇ ਬਾਈਆਂ ਦੀ ਟੀਮ ਤੇ ਇਧਰਲੇ ਪਾਸੇ ਅਰਗੋ ਵਾਲੀਆ ਰਫੀ ਨਹੀਂ ਜਫਾ ਲਾ ਸਕਿਆ ਨੰਬਰ ਅੱਜ ਕਹਿੰਦੇ ਲੁੱਟਣ ਦੇ ਜਫਿਆਂ ਨੇ ਦੁਨੀਆ ਹਿਲਾਈ ਹੋਈ ਹੈ ਆਓ ਅੱਜ ਕਹਿੰਦੇ ਅਰਸ਼ ਦੇ ਜਫਿਆਂ ਨੇ ਐਨ ਦੁਨੀਆ ਹਿਲਾਉਣ ਵਾਲੀ ਗੱਲ ਕੀਤੀ ਹੈ ਪੰਡਤ ਦੀ ਕਬੱਡੀ ਦੇ ਸਦੀਕ ਲੈ ਵੀ ਰੰਗੀਲਿਆ ਆ ਜਫਾ ਵੀ ਟੌਪ ਦਾ ਬਣ ਜੂ ਇੱਥੇ ਵਾਹ ਵਾਹ ਤੇਰੇ ਗਲੈਰੀ ਅਰਗੋਵਾਲ ਵਾਲਿਆ ਜੱਫੇ ਲਾਉਣੇ ਪੈਣੇ ਆ ਪਰ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਬੜੇ ਪਿੰਡ ਵਾਲਾ ਦੇ ਪੰਡਤ 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 ਕਬੱਡੀ ਕਬੱਡੀ ਇਹ ਸਵਾਦ ਪੰਡਤ ਦੀ ਪਿਆਰ ਨਾਲ ਬੰਦੇ ਨੂੰ ਰੰਗੀਲਿਆ ਇੱਥੇ ਕਿ ਪਲਟਾਉਂਦਾ ਬੰਦੇ ਨੂੰ ਸੰਤ ਬਾਬਾ ਓਂਕਾਰਨਾਥ ਕਬੱਡੀ ਕਲੱਬ ਕਾਲੇ ਬਾਈਆਂ ਕਿਉਂ ਨਹੀਂ ਆ ਰਹੀ ਜੀ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਅੰਬੀਆ ਸ਼ਾਹਕੋਟ ਸ਼ਾਹਕੋਟ ਵਾਲਿਓ ਆ ਜਾਓ ਭੱਜ ਕੇ ਤੇ ਸੰਤ ਬਾਬਾ ਓਂਕਾਰਨਾਥ ਦੀ ਟੀਮ ਜਲਦੀ ਖੇਡ ਗਰਾਊਂਡ ਦੇ ਵਿੱਚ ਆਵੇ ਚੱਲ ਉਹ ਜੋਗੀ ਆ ਤੁਹਾਡੇ ਕਬੱਡੀ ਇੱਧਰ ਮਾਧੋਪੁਰੀ ਆ ਅੰਮ੍ਰਿਤ ਨੰਬਰ ਲੈ ਕੇ ਵਾਪਸ ਗਿਆ
ਰੰਗੀਲਾ ਸਾਹਿਬ ਆਹ ਮੁੰਡਾ ਜੋਗੀ ਹੈ ਕਰੀਮਪੁਰ ਚਾਹ ਵਾਲੇ ਦੀ ਧਰਤੀ ਦਾ। ਉਹ ਜੋਗੀ ਜੋਗੀ ਕਬੱਡੀ ਪਾ ਰਿਹਾ ਕਿ ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਕੂਕ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਕੂਕ ਸੁਣ ਕੇ। ਸਾਹਮਣੇ ਅਰਗੋਵਾਲ ਵਾਲਿਆ ਇੱਦਾਂ ਨਹੀਂ ਗੱਲ ਬਣਨੀ, ਅਰਗੋਵਾਲ ਵਾਲਿਆ ਇੱਦਾਂ ਨਹੀਂ ਗੱਲ ਬਣਨੀ। ਅਲੀ ਗੱਗੀ ਨੇ ਪਾਣੀ ਪੀ ਲਿਆ, ਗੱਗੀ ਨੇ ਟੀ ਸ਼ਰਟ ਲਾ ਤੀ ਹੈ। ਕਹਿੰਦੇ ਪੰਜਾਬ ਦੇ ਮੇਲਿਆਂ ਦੇ ਵਿੱਚ ਮਾਝੇ ਦੇ ਵਿੱਚ ਲੋਕ ਗੱਗੀ ਦਾ ਸ਼ੋਅ ਮੈਚ ਦੇਖਣ ਲਈ ਲੱਖਾਂ ਰੁਪਈਆ ਚੱਕੀ ਫਿਰਦੇ ਹੈ। ਉਹ ਇਧਰਲੇ ਪਾਸੇ ਲੁੱਟਣ ਬਾਹ ਲੁੱਟਣਾ ਨਹੀਂ ਉਰੀਸਾ, ਬੜੇ ਕਰਾਰੇ ਹੱਥ ਪਾਉਂਦਾ ਆਹ ਕਬੱਡੀ। ਕਹਿੰਦੇ ਵਿੱਕੀ ਦੀ ਬੜੇ ਪਿੰਡ ਵਾਲੇ ਦੀ ਦੋ ਥਾਪੀਆਂ ਮਾਰੀਆਂ, ਚਾਰ ਜਾਫੀ ਨੇ ਧਾਵਾ ਬੋਲਿਆ ਹੋਇਆ। ਹੁਣ ਮਿੱਠੂ ਉਸਤਾਦ ਨਾਲ ਕਹਿੰਦੇ ਗੱਗੀ ਹੈ ਨਾਲ ਰਫੀ ਹੈ, ਵੱਧ ਕੇ ਪਈ ਹੋਈ ਕਬੱਡੀ ਹੈ। ਸਕਿੰਟ ਸਕਿੰਟ ਕਰਕੇ ਸਮਾਂ ਬੀਤ ਰਿਹਾ, ਆਹ ਭੇਟਾਂ ਦਾ ਮਨਪ੍ਰੀਤ ਦੇਖ ਰਿਹਾ ਕਿ ਲੱਗੂ ਜਫਾ। ਪਰ ਬੜੇ ਪਿੰਡ ਆ ਵਿੱਕੀ ਰੰਗੀਲਿਆ, ਉਹ ਗੱਗੀ ਆ ਗਿਆ, ਉਹ ਗੱਗੀ ਸਰਪੰਚ ਆ ਗਿਆ, ਵੱਡੇ ਪਰਿਵਾਰ ਦਾ ਪੁੱਤ ਆ ਗਿਆ। ਗੱਗੀ ਆਇਆ, ਗੱਗੀ ਆਇਆ ਤੇ ਗੱਗੀ ਗਿਆ। ਦਰਸ਼ਕ ਵੀਰ ਕਤਾਰੀ ਗੱਗੀ ਦੇ ਨਾਂ ਤੇ ਓਰਲਾ ਮਾਰ ਦਿਓ, ਖਿਆ ਨੀ ਕੱਲੇ ਐਤਵਾਰ ਜੱਟ ਨੇ। ਬੜੇ ਲੰਬੇ ਸਮੇਂ ਤੋਂ ਕਹਿੰਦੇ ਗੱਗੀ ਖੇਡਦਾ ਆ ਰਿਹਾ। ਉਧਰਲੇ ਪਾਸੇ ਹੁਣ ਕਲਹਿਰੀ ਮੋਰ ਆ ਵੀ ਗੱਗੀ ਹੈ। ਕਬੱਡੀ ਹੋ ਗਈ ਮਿੱਤਰੋ, ਉਹ ਕਬੱਡੀ ਹੋ ਗਈ। ਮਿੱਠੂ ਉਸਤਾਦ ਦਾ ਪੱਠਾ, ਸੇਵਾ ਸਿੰਘ ਜੀ ਸਰਪੰਚ ਜੀ ਲੱਖ ਲੱਖ ਮੁਬਾਰਕਾਂ, ਲੱਖ ਲੱਖ ਮੁਬਾਰਕਾਂ। ਲੈ ਵੀ ਰਣਜੀਤ ਸਿੰਘ ਟੈਨਸ਼ਨ ਵਾਲੀ ਸੀ ਗਗਨੇ, ਟੈਨਸ਼ਨ ਵਾਲੀ ਸੀ, ਪਰ ਆਹ ਮੈਚ ਨੇ ਦੁੱਖ ਤੋੜਤੇ ਹੈ। ਆਹ ਇਧਰਲੇ ਪਾਸੇ ਅੰਮ੍ਰਿਤ ਫੇਰ ਉੱਡਿਆ ਜਾਂਦਾ ਹੈ। ਮੇਰੇ ਵੱਲੋਂ ਦੇ ਦੇ ਸੰਦੀਪ ਕਾਕਾ ਸੈਨਪੁਰ ਵਾਲਾ ਕਹਿੰਦਾ 500 ਰੁਪਇਆ ਮੇਰੇ ਵੱਲੋਂ ਆਹ ਮੁੰਡੇ ਨੂੰ ਦੇ ਦੇ। ਅਲੀ ਕੌਣ ਵਾ, ਉਹ ਦੀਪਿਆ ਨਹੀਂ ਹੋ ਰਹੀ ਸਰ, ਛੋਟਾ ਦੀਪਾ ਹੈ। ਜਿੰਨੀ ਮੁਬਾਰਕਬਾਦ ਹੈ ਤੈਨੂੰ ਸੋਹਣਿਆ, ਚੱਲ ਵੀ ਰੈਂਬੋ ਪਾ ਦੇ ਕਬੱਡੀ। ਸੁਖਵੀਰ ਸਿੰਘ ਨੂੰ ਪਿਆਰ ਨਾਲ ਰੈਂਬੋ ਕਹਿੰਦੇ ਹੈ, ਦਿਲਪ੍ਰੀਤ ਪਿਆਰ ਹੈ ਨਾਲ ਕਹਿੰਦੇ ਅਰਸ਼ ਸੰਦੀਪ ਗੁੱਜਰ। ਆਹ ਜਾਫੀ ਦੀ ਚਰਚਾ ਹੁੰਦੀ ਹੈ ਵੀ ਮੂਹਰੇ ਹੋ ਕੇ ਹੌਸਲਾ ਕਰਕੇ ਪੂਤਰਿਆ ਸਾਨ, ਉਹ ਸਿੰਘਾਂ ਤੋਂ ਫੜ ਕੇ ਠਿੱਪੀ ਲਾ ਕੇ ਪੜ ਯਾਰੋ, ਕਿਸੇ ਕਿਸੇ ਨੂੰ ਡੇਗਣ ਦਾ ਕਿ ਰਾਜੇ ਖੇਲੇ ਅਰਬ ਪੰਜਾਬੀ ਜਿਗਰਾ ਰੱਖਦੇ ਰੰਗੀਲਿਆ। ਉਹ ਕਬੱਡੀ ਖੇਲਣ ਦਾ ਸੁਖੀ ਬਾਈ ਦੱਸੀ ਕਿੰਨੇ ਕਿੰਨੇ ਨੰਬਰ ਆ, ਸੁਖੀ ਭਰਾ ਦੱਸੀ ਕਿੰਨੇ ਕਿੰਨੇ ਨੰਬਰ ਆ। ਨੰਬਰ ਬੋਲਦੀ ਹੈ ਪੰਜਾਬ ਕੌਰ ਸੰਦੀਪ ਨੰਗਲ ਮੀਆਂ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਤੇ ਬਾਬਾ ਓਂਕਾਰ ਨਾਥ ਕਬੱਡੀ ਕਲੱਬ ਕਾਲੇ ਬਾਈਆਂ ਦੇ ਖਿਡਾਰੀ, ਪਲੀਜ਼ ਜਲਦੀ ਨਾਲ ਅਗਲੇ ਮੁਕਾਬਲੇ ਲਈ ਖੇਡ ਗਰਾਊਂਡ ਦੇ ਵਿੱਚ ਆ ਜਾਓ। ਮੇਰੀ ਬੇਨਤੀ ਹੈ ਇਹਨਾਂ ਟੀਮਾਂ ਨੂੰ, ਇੱਕ ਪਾਸੇ ਸ਼ਾਹਕੋਟ ਤੇ ਦੂਜੇ ਪਾਸੇ ਕਾਲੇ ਬਾਈਆਂ ਦੇ ਖਿਡਾਰੀ ਖੇਡਣਗੇ। ਮਹਾਂਪੁਰਸ਼ਾਂ ਦੇ ਨਾਂ ਤੇ ਬਣਾਈ ਹੋਈ ਟੀਮ ਹੈ। ਹਾਂਜੀ ਵੱਡੇ ਵੀ ਸੁੱਕੀ ਬਾਈ ਨੰਬਰ ਦੱਸਦੀ ਹੈ ਕਿੰਨੇ ਕਿੰਨੇ ਆ। ਉਹ ਬਾਈ ਜਿਹਨੂੰ ਜਿਹਨੂੰ ਮੈਚ ਚੰਗਾ ਲੱਗਾ ਤੇ ਇੱਕ ਵਾਰੀ ਤਾੜੀ ਮਾਰੋ ਆਪਣੇ ਵਾਸਤੇ। ਹੁਣ
ਸੁਣ ਲਓ ਸਕੋਰ ਜੀ, ਧੰਨ ਧੰਨ ਬਾਬਾ ਜਵਾਹਰਦਾਸ ਕਬੱਡੀ ਕਲੱਬ ਸੁਰਸਾ ਦੇ ਨੰਬਰ 12 ਨੰਬਰ ਆ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਕਬੱਡੀ ਕਲੱਬ ਕੇਸ਼ੀ ਕਟਵਾਰਾ ਤੇ ਕਾਲਾ ਦਰੀਏ ਵਾਲਾ, ਕਿੰਨੇ ਆ ਜੀ? 14.5 ਨੰਬਰ। ਵਾਹ ਜੀ ਵਾਹ। 12 ਤੇ 14.5, ਸਿਆਣਿਆਂ ਦੇ ਕਹਿਣ ਵਾਂਗੂ 19 ਦਾ ਫਰਕ ਹੈ। 12 ਤੇ 14.5 ਕੋਈ ਬਾਹਲਾ ਫਰਕ ਨਹੀਂ। ਪਤਾ ਨਹੀਂ ਕਿਹੜੀ ਟੀਮ ਨੇ ਜਿੱਤ ਜਾਣਾ, ਲੋਕਾਂ ਨੇ ਆਪੋ ਆਪਣੇ ਅੰਦਾਜ਼ੇ ਲਾਏ ਹੋਏ ਹੈ, ਤੇ ਅੰਦਾਜ਼ਿਆਂ ਤੇ ਕੌਣ ਖਰਾ ਉਤਰਦਾ ਰੰਗੀ ਲਿਆ, ਇਹ ਸ਼ੱਕ ਜੀ ਰਹਿਣੀ ਹੈ। ਤੇ ਮੇਲਾ ਸਿੱਕਰੀ ਦਾ ਢੱਕ ਤੇ ਮੇਲਾ ਸੇਵਾ ਸਿੰਘ ਜੀ ਸਰਪੰਚ ਸਾਹਿਬ ਦਾ ਪਟਾਕੇ ਦੇ ਪੂਰੇ ਬਣੇ ਆ, ਐਨ ਪਟਾਕੇ। ਸਰਪੰਚ ਸਾਹਿਬ ਰੋਕ ਜਾਓ, ਇਹਨਾਂ ਦੀ ਵੀ ਗੇਮ ਕਰਾਂਗੇ, ਖੜਾ ਕੰਮ ਵਸੀ ਚੱਲਿਆ ਹੁਣ ਹੁਣ ਤੇ ਸਾਡਾ ਗੱਡੀ ਲੀਹ ਤੇ ਆਈ ਆ। ਰੁਕ ਜਾਓ ਰਾਜੂ, ਟਿਕ ਕੇ ਬਹਿ ਜਾ, ਹਜੇ ਬਹਿ ਜਾ ਟਿਕ ਕੇ। ਉਹ ਜੋਗੀ ਦੀ ਕਬੱਡੀ ਆ, ਨਵੀ ਜੋਗੀ ਪਾ ਦੇ ਕਬੱਡੀ, ਤੈਨੂੰ ਗੱਗੀ ਡੀਕਦਾ, ਬੜੇ ਪਿੰਡ ਵਾਲਾ ਡੀਕਦਾ, ਅਰਗੋ ਵਾਲੀਆ ਡੀਕਦਾ, ਤੇ ਨਾਲ ਦੀਪਾ ਡੀਕਦਾ, ਨਾਲ ਦੀਪਾ ਡੀਕਦਾ, ਉਹ ਵੇਖਾਂਗੇ ਪਈ ਹੋਈ ਕਬੱਡੀ ਹੈ। ਲੈ ਵੀ ਦੀਪਿਆ, ਲੈ ਵੀ ਗੁੰਨੂ, ਅੱਜ ਦੇ ਟਾਈਮ ਦੇ ਵਿੱਚ ਗੁੰਨੂ ਦੇ ਜੱਫੇ ਵੀ ਮੰਨੇ ਪਰਮੰਨੇ ਹੈ, ਪਰ ਫੈਸਲੇ 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 ਜੋਗੀ ਦੇ ਹੱਕ ਦੇ ਵਿੱਚ ਹੈ। ਬਾਹੋ ਜੋਗੀਆਂ ਨਹੀਂ ਹੋ ਰੀਸਾਂ ਤੇਰੀਆਂ। ਅਗਲੀ ਰੇਡ ਰੈਂਬੋ ਦੇ ਇਸੇ ਆਈ ਹੋਈ ਹੈ, ਸ਼ਾਹਕੋਟ ਦੀ ਟੀਮ ਤੇ ਨਾਲ ਹੀ ਕਾਲੇ ਬਾਈਆਂ ਦੇ ਖਿਡਾਰੀਆਂ ਦੇ ਵਿਚਕਾਰ ਅਗਲਾ ਜੋ ਮੈਚ ਖੇਡਿਆ ਜਾਵੇਗਾ ਰੰਗੀਲਿਆ। ਇਹ ਟੀਮਾਂ ਨੂੰ ਵੀ ਆਪਾਂ ਸੱਦੇ ਲਾ ਦਈਏ ਵੀ ਟੀਮਾਂ ਤਿਆਰ ਵਰ ਤਿਆਰ ਹੋ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ। ਔਰ ਰੈਂਬੋ ਦੀ ਰੇਡ ਹੈ, ਸੰਦੀਪ ਹੈ ਤੇ ਨਾਲ ਕਹਿੰਦੇ ਸਦੀਕ ਹੈ, ਔਰ ਸਦੀਕ ਦੇ ਨਾਲ ਕਰ ਮੁਕਾਬਲਾ ਹੈ। ਘੋੜੀਆ ਨੰਬਰ ਆਪਣੀ ਟੀਮ ਦੇ ਸੇ ਜੋੜ ਗਿਆ ਤੇ ਕਹਿੰਦੇ ਘੋੜੇ ਆ ਰੰਗੀਲੇ ਨੂੰ ਤੇ ਤੂੰ ਤਰਾਜ ਵਿਗੀ ਵੀ ਹੈ ਵੀ ਬਾਜਾ ਤੇ ਮੈਂ ਬੜੀਆਂ ਮਾਰੀਆਂ, ਪਰ ਇਹ ਯਾਰਾਂ ਦੀ ਯਾਰੀ ਹੈ, ਏਦਾਂ ਟੁੱਟਣੀ ਨਹੀਂ ਹੈ। ਸੋ ਵਾਰ ਵਾਰ ਧੰਨਵਾਦ ਸਾਡਾ ਵੀਰ ਸੁੱਖ ਘੋੜੀ ਹੈ, ਸ਼ਾਹ ਨੂਸੀ ਵਾਲਾ, ਗੋਪੀ ਰੰਗੀਲਾ, ਰੰਗੀਲਾ ਇੱਧਰਲੇ ਪਾਸੇ ਮੁੰਡਾ ਛੋਟਾ ਦੀਪਾ, ਦੀਪਾ ਇਹਦਾ ਵੀ ਚੱਕ ਦੇ ਰਾਜ ਪਿੰਡ, ਚਾਰ ਮੁੰਡੇ ਖੇਡਦੇ ਆ, ਚਾਰ ਮੁੰਡੇ ਖੇਡਦੇ ਆ, ਅੰਮ੍ਰਿਤ ਭੂੰਡੀ ਕਬੱਡੀ ਪਾ ਰਿਹਾ ਕਿ ਗਿਣੀ ਦੇ ਨੀ ਪੈਸੇ ਅੱਡੇ ਉੱਤੇ ਖੜ ਕੇ, ਹੱਥ ਨੀ ਛੱਡੀ ਦੇ ਹੋਂਦੇ ਉੱਤੇ ਚੜ ਕੇ, ਪਹੁ ਦੇ ਮਹੀਨੇ ਚ ਨੀ ਪਾਣੀ ਚ ਵੜੀਦਾ, ਉਹ ਪੇਪਰਾਂ ਦੇ ਟਾਈਮ ਨੀ ਓ ਕਦੀ ਗਲਤ ਕੰਮ ਕਰੀਦਾ, ਪੇਪਰਾਂ ਦੇ ਟਾਈਮ ਨੀ ਓ ਕਦੀ ਗਲਤ ਕੰਮ ਕਰੀਦਾ। ਵਾਹ ਜੀ ਵਾਹ। ਚੱਲ ਵੀ ਅਗਲੀ ਰੇਡ ਪਾਉਣ ਦੇ ਲਈ ਫੇਰ ਕਿ ਬੱਬਰ ਸ਼ੇਰ ਲਾਉਣ ਨਾ ਦੇਰ, ਵੱਜਦੇ ਸਿੱਧੇ ਯਾਰੋ ਸੀਨੇ, ਜੇ ਲੋਕੋ ਫੜਨੇ ਸੌਖੇ ਨਹੀਂ ਉੱਡਣੇ ਸੱਪ, ਉਹ ਸ਼ੇਰ ਦਾ ਨੱਕ ਕਬੂਤਰ ਚੀਨੇ, ਪਈ ਹੋਈ ਕਬੱਡੀ ਹੈ ਸਾਹਮਣੇ ਚਾਰਾਂ ਦੇ ਵਿੱਚੋਂ। ਆਹ ਵੇਖਾਂਗੇ ਗੁੰਨੂ ਪਰ ਵਿੱਕੀ ਬਈ ਇੱਧਰਲੇ ਪਾਸੇ ਕੌਣ ਆ ਗਿਆ, ਕਬੱਡੀ ਦਾ ਹਮਰ, ਉਹ ਕਬੱਡੀ ਦਾ ਸਰਪੰਚ, ਕਬੱਡੀ ਦਾ ਸਰਪੰਚ, ਸਰਪੰਚਾਂ ਦਾ ਪੁੱਤ ਕਬੱਡੀ ਪਾ ਰਿਹਾ, ਇੱਕ ਨੀ ਦੋ ਨੀ 6-7 ਟਰੈਕਟਰਾਂ ਦਾ ਜੇਤੂ ਗੱਗੀ ਕਬੱਡੀ ਪਾ ਰਿਹਾ। ਵਾਹ ਗੱਗੀ, ਇਹਦੀ ਯਾਰੀ ਕਹਿੰਦੇ ਗਿੰਨੀ ਲੰਬੜ ਨਾਲ ਆ, ਗਿੰਨੀ ਦੀ ਯਾਰੀ ਕਹਿੰਦੇ ਜੱਟ ਬਾਜਵੇ ਨਾਲ ਆ, ਜੱਟ ਬਾਜਵੇ ਦੀ ਯਾਰੀ ਪਵਨ ਹਾਂਤੀ ਨਾਲ ਆ, ਪਵਨ ਹਾਂਤੀ ਦੀ ਯਾਰੀ ਅਲੀ ਤੇ ਰੰਗੀਲੇ ਨਾਲ ਆ। ਵਾਰ ਵਾਰ ਧੰਨਵਾਦ ਪਵਨ ਹਾਂਸੀ ਹੁਣਾਂ ਦਾ। ਪਈ ਹੋਈ ਕਬੱਡੀ ਹੈ, ਸ਼ਾਹਕੋਟ ਦੀ ਟੀਮ ਜਲਦੀ ਗਰਾਊਂਡ ਦੇ ਵਿੱਚ ਆਵੇ, ਸ਼ਾਹਕੋਟ ਵਾਲੇ ਆ ਗਏ ਹੈ। ਤੇ ਮੇਰੀ ਬੇਨਤੀ ਹੈ ਬਾਓ ਦੀਪਿਆ, ਨਹੀਂ ਹੋ ਰੀਸਾਂ ਤੇਰੀਆਂ,
ਇਹ ਛੋਟਾ ਦੀਪਾ ਹੈ, ਮੈਨੂੰ ਲੱਗਦਾ ਵੀ ਜੱਫਿਆਂ ਦੀ ਹੈਟ੍ਰਿਕ ਲਾਉਣ ਨੂੰ ਫਿਰਦਾ ਹੈ। ਏ ਬੱਲੇ 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 ਬੱਲੇ, ਵਾਹ ਵਾਹ ਉਹ ਦੀਪਿਆ, ਮਿੱਠੂ ਨੂੰ ਮਾਣ ਹੈ ਇਹੋ ਜਿਹੇ ਜਾਫੀਆਂ ਤੇ। ਜਦੋਂ ਕੋਈ ਪੱਠਾ, ਜਦੋਂ ਕੋਈ ਪੁੱਤਰ ਸਿਖਾਇਆ ਹੋਇਆ ਕੰਮ ਦੇਣ ਲੱਗ ਜੇ ਨਾ ਰੰਗੀਲੇ, ਤੇ ਫਿਰ ਕਹਿੰਦੇ ਬਾਪ ਦਾ ਰੂਹ ਖੁਸ਼ ਹੁੰਦਾ, ਉਸਤਾਦ ਦਾ ਰਾਜੂ ਰੂਹ ਖੁਸ਼ ਹੁੰਦਾ। ਹੱਥਲੇ ਪਾਸੇ ਸੰਦੀਪ, ਹੇ ਗੁੱਜਰ 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 ਸੰਦੀਪ ਗੁੱਜਰ ਸੰਦੀਪ ਗੁੱਜਰ ਰੈਂਬੋ ਆ ਬਈ। ਥੋੜੀ ਗਰਾਊਂਡ ਕਲੀਅਰ ਕਰ ਦਿਓ, ਨਵੀ ਅਲੀ ਉਸਤਾਦਾਂ ਦੀ ਗੱਲ ਕੀਤੀ ਆ, ਭਾਈ ਸਾਹਿਬ ਭਾਈ ਸੁਖਬੀਰ ਸਿੰਘ ਜੀ ਚੌਹਾਨ ਸਾਹਿਬ ਜਿਨ੍ਹਾਂ ਨੇ ਸਾਨੂੰ ਰੋਟੀ ਲਾਈ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅੱਜ ਕੱਲ੍ਹ ਢਾਡੀ ਜਥਾ ਅਤੇ ਅਰਗੋ ਵਾਲੀਏ ਦੀ ਪੁੱਠੀ, ਪਰ ਮੈਨੂੰ ਲੱਗਦਾ ਕਿ ਗੱਗੀ ਆ। ਵਾਹ ਗੱਗੀ, ਗੱਗੀ ਨਹੀਂ ਹੋ ਰਹੀ ਸੈ, ਸ਼ਾਹਕੋਟ ਦੀ ਟੀਮ ਆ ਗਈ ਹੈ। ਅੰਬਾ ਬਲ ਜ਼ਿੰਦਗੀ ਦੇ ਯਾਰਾਂ ਦੇ ਵਿੱਚੋਂ ਯਾਰ ਹੈ ਸੇਵਾ ਸਿੰਘ ਸਰਪੰਚ ਸਾਹਿਬ ਜੀ। ਆ ਹਾਫ ਤੋਂ ਬਾਅਦ ਨਾਰੀ ਟੀਮ ਜਿਹੜਾ ਹੈ ਉਹ ਬੱਲਾਂ ਵਾਲਾ ਖੇਡ ਗਰਾਊਂਡ ਦੇ ਵਿੱਚ ਲੈ ਹੈ। ਅੰਬਿਆ ਤੇਰਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਮੇਂ ਸਿਰ ਆਉਂਦੇ ਹੈ। ਨਾਲ ਹੀ ਬਹੁਤ ਓਂਕਾਰ ਨਾਲ ਕਬੱਡੀ ਕਲੱਬ ਕਾਲੇ ਬਾਈਆਂ ਨੂੰ ਬੇਨਤੀ ਹੈ ਵੀ ਉਹ ਜਲਦੀ ਆਵੇ। ਬਾਬਾ ਓਂਕਾਰ ਨਾਲ ਕਬੱਡੀ ਕਲੱਬ ਕਾਲੇ ਬਾਈਆਂ, ਵਿੱਕੀ ਨੇ ਥਾਪੀ ਮਾਰੀ ਹੈ, ਦੇਖ ਵੀ ਰੰਗੀਲੇ ਹੈ। ਜਦੋਂ ਥਾਪੀ ਵੱਜਦੀ ਹੈ ਨਾ ਤੇ ਮੈਂ ਪਹਿਲਾਂ ਹੀ ਕਿਹਾ ਵੀ ਬਾਹਰ ਖੜਿਆਂ ਨੂੰ ਜੋਸ਼ ਆਉਂਦਾ ਹੈ। ਉਹ ਥਾਪੀ ਤੇ ਥਾਪੀ ਥਾਪੀ, ਪਰ ਅੱਜ ਕਹਿੰਦੇ ਗੱਗੀ ਸਰਪੰਚ ਵੀ ਕਹਿੰਦਾ ਕਿ ਮੇਲਾ ਲੁੱਟ ਕੇ ਜਾਵਾਂਗੇ, ਮੇਲਾ ਲੁੱਟ ਕੇ ਜਾਵਾਂਗੇ, ਪਰ ਸਾਹਮਣੇ ਗੁਰਦਾਸਪੁਰੀਆ ਗੱਗੀ ਤੇ ਗੁਰਦਾਸਪੁਰੀਆ, ਉਹ ਸਿਕਰੀ ਵਾਲੇ ਉਹ ਆਇਆ ਨਜ਼ਾਰਾ, ਫੁੱਲ ਸਵਾਦ ਲੈ ਲਿਆ ਕਿਉਂ ਵੀ ਲੋਕੋ ਆਉਣਾ ਨਜ਼ਾਰਾ। ਰੰਗੀਲੇ ਦੇ ਕਹਿਣ ਰੰਗੀਲਿਆਂ ਨਜ਼ਾਰਾ ਆਇਆ ਹੋਇਆ, ਦੁਨੀਆ ਐਨ ਟਕੋ ਟਕੀ ਦੇਖ ਰਹੀ ਹੈ ਬਈ ਮੁੰਡਾ ਬੁੱਢੀ ਪਿੰਡੀਆ ਕਰਨ ਆਉ ਜਾਂਦਾ ਸ਼ੂਕਦਾ ਆਪਣੀ ਟੀਮ ਦੇ ਲਈ, ਇੱਕ ਹੋਰ ਅੰਕ ਦਾ ਵਾਧਾ ਕਰ ਗਿਆ। ਅਗਲੀ ਕਬੱਡੀ ਰੈਂਬੋ ਦੀ ਫੇਰ ਮੈਦਾਨ ਦੇ ਵਿੱਚ ਪੈ ਰਹੀ ਹੈ। ਆਹ ਕਹਿੰਦੇ ਰੈਂਬੋ ਕਬੱਡੀ ਪਾ ਰਿਹਾ, ਰੈਂਬੋ ਦੀ ਟੱਕਰ ਕਹਿੰਦੇ ਹੁਸ਼ਿਆਰਪੁਰ ਵਾਲਿਆ ਉੱਠ ਉੱਠੋ ਹੁਸ਼ਿਆਰਪੁਰ ਵਾਲਿਆ। ਲੈ ਬਈ ਅਲੀ ਪੰਡਿਤ ਚੱਲਿਆ ਕਬੱਡੀ ਪਾਉਣ, ਪੰਡਿਤ ਨੇ ਲੋਕਾਂ ਨੂੰ ਆਪਣੇ ਪੱਟਾਂ ਦੇ ਦਰਸ਼ਨ ਕਰਾਏ ਆ ਕਿ ਫਿਰੇ ਪੱਟਾਂ ਉੱਤੇ ਥਾਪੀਆਂ ਤੂੰ ਮਾਰਦਾ, ਪੱਟਾ ਲੱਗ ਜੂਗਾ ਤੋਲੇ ਹੋਏ ਭਾਰ ਦਾ, ਜਦ ਟੱਕਰ ਗਿਆ ਕੋਈ ਭਾੜੇ ਪਰਿਵਾਰ ਦਾ ਤੇ ਕਿਤੇ ਵੀ ਨੀ ਜੀ ਲੱਗਦਾ, ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਰੰਗੀਲਿਆ ਤੇ ਘਰੇ ਪਤਾ, ਹਾਂ ਘਰੇ ਪਤਾ ਕੀ ਲੱਗਦਾ ਹੈ ਇਹ ਘੋੜੀ ਘੋੜੀਆਂ ਚ ਦੇਖ ਲਈ ਭਜਾ ਕੇ ਤੇ ਘਰੇ ਪਤਾ ਕੀ ਲੱਗਦਾ ਹੈ। ਹਾਂ ਕਬੱਡੀ ਪੈ ਗਈ ਅੰਮ੍ਰਿਤ ਦੀ, ਸਾਹਮਣੇ ਚਾਰ ਨੇ ਲੈ ਵੀ ਅਰਸ਼ ਅੱਜ ਕਰਦੇ ਕਮਾਲ, ਪੱਲੇ 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 ਉਹ ਆ ਜਾਂਦਾ ਨੱਚਦਾ, ਕਹਿੰਦਾ ਮੁੰਡੇ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਤੇ ਜੱਜ ਮੂਹਰੇ ਮੁੱਕਰੀ ਨਾ ਮੁੱਲ ਪਿਆਰ ਦਾ ਮੋੜ ਤੂੰ ਜੱਟ ਨਹੀਂ। ਜਿਆੜਾ ਸੌਣ ਸਾਹਿਬ ਇਹਨੂੰ ਹਿਲਾਈ ਜਾਓ, ਇਹਨੂੰ ਹਿਲਾਈ ਜਾਓ ਕਿਉਂਕਿ ਬੜੀ ਘੈਂਟ ਸੌਣ ਲੱਗੀ ਆ। ਸਾਹਮਣੇ ਗੱਗੀ ਨਾਲ ਕਹਿੰਦੇ ਦੀਪਾ 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 ਇੱਥੇ ਦੀਪਾ ਦੇ ਜੋਗੀ ਦੀਪਾ ਦੇ ਜੋਗੀ ਦੀਪਾ ਦੇ ਜੋਗੀ ਜਿਹਨੂੰ ਜਿਹਨੂੰ ਆਏ ਮੁੰਡੇ ਦੇ ਜੱਫੇ ਵਧੀਆ ਲੱਗੇ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ।
ਛੋਟਾ ਦੀਪਾ ਲੱਗ ਪੱਗ ਗਿੰਨੀ ਚਾਰ ਤੋਂ ਪੰਜ ਜੱਫੇ ਲਾ ਗਿਆ ਕੱਲਾ ਹੀ। ਇਹ ਹੁੰਦੀ ਆ ਗੱਲ ਵੀ ਅੜੇ ਮੈਂ ਤੇ ਜੱਫੇ ਲਾਉਣੇ, ਲੈ ਵੀ ਮਾਲ ਉੱਪਰ ਆ ਰਿਹਾ ਬੜੇ ਔਖੇ ਆ। ਹੈਪੀ ਰੈਂਬੋ ਹੈ ਚੱਲ ਵੀ ਬੁੱਢੀ ਪਿੰਡ ਵਾਲਿਆ ਪਾੜੇ ਰੇਡ ਬੁੱਢੀ ਪਿੰਡ ਵਾਲੀ ਕਬੱਡੀ। ਉਹ ਕਹਿੰਦੇ ਬੁੱਢੀ ਪਿੰਡੀਆ ਕਰਨ ਕਬੱਡੀ ਪਾ ਰਿਹਾ ਸੰਦੀਪ ਸਿੰਘ ਕਾਕਾ, ਇਹਨੂੰ ਆਪਣਾ ਸ਼ਗਿਰਦ ਮੰਨ ਕੇ ਬਹਿ ਗਿਆ ਸੰਦੀਪ ਸਿੰਘ ਕਾਕਾ ਸੈਨਪੁਰ ਵਾਲਾ। ਕਹਿੰਦਾ ਰੰਗੀਲਿਆ ਮੇਰਾ ਪੱਠਾ ਖੇਡਦਾ ਪਰ ਸਾਹਮਣੇ ਬੜੇ ਪਿੰਡ ਵਾਲਾ, ਉਹ ਬੜੇ ਪਿੰਡ ਵਾਲਾ। ਹਾਂਜੀ ਬਾਈ ਜੀ, ਜਿਹੜਾ ਪਹਿਲਾਂ ਪੁਆਇੰਟ ਹੋਲਡ ਸੀ ਜਦੋਂ ਗੱਗੀ ਨੇ ਰੇਡ ਪਾਈ ਸੀ ਉਦੋਂ ਵੀ ਉਹ ਨੰਬਰ ਰੇਡਰ ਨੂੰ ਦਿੱਤਾ ਗਿਆ, ਤੇ ਜਿਹੜਾ ਇਧਰਲੇ ਪਾਸੇ ਹੋਲਡ ਹੋਇਆ ਉਹ ਨੰਬਰ ਧਾਵੀ ਦਾ ਸੀ, ਗੱਗੀ ਬਾਈ ਨੰਬਰ ਤੁਹਾਡਾ ਸੀਗਾ। ਲਓ ਅੰਮ੍ਰਿਤ ਫੇਰ ਰੇਡ ਪਾ ਕੇ ਵਾਪਸ ਆਪਣੀ ਟੀਮ ਦੇ ਹਿੱਸੇ, ਅੰਕੜਾ ਵਾਧਾ ਕਰ ਗਿਆ। ਬੜੇ ਪਿੰਡ ਦਾ ਵਿੱਕੀ ਆ, ਬੜੇ ਪਿੰਡ ਦਾ ਵਿੱਕੀ ਚਾਰ ਮਾਰ ਕੇ ਬਹਿ ਗਿਆ, ਥਾਪੀਆਂ ਪੱਟ ਉੱਤੇ ਮਾਰ ਕੇ ਬਹਿ ਗਿਆ। ਕੱਲਾ ਕੱਲਾ ਅੰਗ ਭੰਗੜੇ ਪਾਉਂਦਾ, ਕੱਲਾ ਕੱਲਾ ਅੰਗ ਭੰਗੜੇ ਪਾਉਂਦਾ ਪਰ ਘੇਰੀ ਟੁੱਟ ਗਈ ਆ, ਘੇਰੀ ਟੁੱਟ ਗਈ ਆ, ਮੇਲਾ ਬਣ ਗਿਆ ਅਲੀ ਭੁੰਡੀ ਆ ਗਿਆ। ਲਓ ਭੁੰਡੀ ਕਹਿੰਦੇ ਆ ਪਿਆਰ ਦੇ ਨਾਲ ਅੰਮ੍ਰਿਤ, ਭੁੰਡੀ ਕਹਿੰਦੇ ਕਦੋਂ ਸੀ ਜਦੋਂ ਰੰਗੀਲਿਆ 35 ਕਿਲੋ ਖੇਡਦਾ ਸੀ ਨਾ ਮੁੰਡਾ, ਤੇ ਬੜਾ ਨਿੱਕਾ ਜਿਹਾ ਨਜ਼ਰ ਆਉਂਦਾ ਸੀ, ਤੇ ਕਹਿੰਦੇ ਯਾਰਾਂ ਨੇ ਨਾ ਭੁੰਡੀ ਰੱਖਦਾ ਪਰ ਗੁੱਸਾ ਜਿਹੜਾ ਕੋਈ ਨੀ। ਅੰਮ੍ਰਿਤ ਮਾਧੋਪੁਰ ਵਾਲਾ ਅੱਜ ਦੇ ਟਾਈਮ ਦੇ ਵਿੱਚ ਸਿਰੇ ਦੇ ਰੇਡਰਾਂ ਦੇ ਵਿੱਚ ਨਾ ਆਉਂਦਾ, ਸੋ ਆਪਣੀ ਟੀਮ ਦੇ ਲਈ ਅੰਕੜਾ ਵਾਧਾ ਕਰ ਗਿਆ। ਇਹ ਤੋਂ ਬਾਅਦ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਮੀਆਂ ਕਬੱਡੀ ਕਲੱਬ ਸ਼ਾਹਕੋਟ ਦੀ ਟੀਮ ਅੰਬਾ ਬਾਲ ਲੈ ਕੇ ਆਇਆ ਹੋਇਆ, ਤੇ ਬਾਬਾ ਓਂਕਾਰ ਨਾਥ ਕਬੱਡੀ ਕਲੱਬ ਦੀ ਟੀਮ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਉਹ ਵੀ ਜਲਦੀ ਆ ਜਾਓ। ਵਾਹ ਇੱਥੇ ਰੱਖ ਕੇ ਦੇਖਣੇ ਨੂੰ ਭੋਲਾ ਭਾਲਾ ਜੱਟ ਲੱਗਦਾ ਹੈ ਖੇਡਦਾ ਕਬੱਡੀ ਰੰਗੀਲਿਆ ਪੂਰਾ ਅੱਤ ਲੱਗਦਾ, ਤੇ ਸਾਹਮਣੇ ਰੈਂਬੋ 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 ਜੱਜੀ ਬੈਂਡ ਦਾ ਗਾਣਾ ਆਇਆ ਸੀ ਰੈਂਬੋ ਰੈਂਬੋ, ਇਹ ਰੈਂਬੋ ਆ ਕਬੱਡੀ ਵਾਲਾ। ਲੈ ਵੀ ਬੁੜੀ ਪਿੰਡ ਵਾਲੇ ਪਾ ਦੇ ਕਬੱਡੀ ਛਾਤੀ ਉੱਤੇ, ਕਹਿੰਦੇ ਪੰਜਾਬ ਦਾ ਨਕਸ਼ਾ ਬਣਾਇਆ ਮੁੰਡੇ ਨੇ, ਬੜੀ ਮਿਹਨਤ ਕਰਦਾ ਆ ਬੁੜੀ ਪਿੰਡੀਆ ਕਰਨ ਕਬੱਡੀ ਪਾ ਰਿਹਾ। ਇੱਕ ਕੰਨੀ ਤੇ ਗੱਗੀ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਿਲ ਲੁੱਟੇ ਮੁੰਡੇ ਨੇ। ਲੈ ਵੀ ਗੱਗੀ ਜੇ ਟੱਕਰ ਤੇਰੀ ਹੋ ਜਾਏ ਪਰ ਸਾਹਮਣੇ ਬੁੱਢੀ ਪਿੰਡੀਆ ਆਊ ਗਿਆ ਤੇ ਆਊ ਗਿਆ ਕਬੱਡੀ ਪਾਉਣ ਰੈਂਬੋ ਆ ਗਿਆ। ਰੈਂਬੋ ਦੀ ਰੇਡ ਮੈਦਾਨ ਦੇ ਵਿੱਚ ਪੈ ਰਹੀ ਹੈ, ਰੈਂਬੋ ਵਰ ਕੇ ਕਬੱਡੀ ਪਾਉਂਦਾ ਹੋਇਆ ਚਾਰ ਨੇ ਚਾਰਾਂ ਦੇ ਵਿੱਚੋਂ ਸਦੀਕ ਬਲੇ 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 ਵਾਹ ਕਬੱਡੀ 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 ਹੋਈ ਪਈ ਹੈ ਭਰਾ ਰੈਂਬੋ ਛਾਲਾ ਮਾਰਦਾ ਜਾਂਦਾ ਈ ਓਏ ਆ ਗਲੈਰੀ ਕਰਦਾ ਚੱਲ ਕੇ ਆਇਆ ਕੈਨੇਡਾ ਤੋਂ, ਇਹ ਕੈਨੇਡਾ ਵਾਲਾ ਕਬੱਡੀ ਪਾ ਰਿਹਾ ਇਹਦਾ ਨਾਮ ਮਿਲਣ ਕੈਨੇਡਾ ਵਾਲਾ, ਪਰ ਸਾਹਮਣੇ ਵੀ ਮੁੰਡਾ ਅਰਗੋ ਵਾਲੀ ਹੈ, ਕਹਿੰਦਾ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ, ਤੇ ਜੱਜ ਮੂਹਰੇ ਮੁੱਕਰੀ ਨਾ ਤੇ ਮੁੱਲ ਮੋੜ ਦੂ। ਆ ਪਿਆਰ ਵਾਲਾ ਜੱਟ ਨੇ ਰਫੀ ਨੇ ਤਗੜਾ ਜੱਫਾ ਲਾਇਆ, ਲੈ ਵੀ ਰਫੀ ਜਿਉਂਦਾ ਵਾਧਾ ਰਹਿ, ਮਾਲਕ ਤੈਨੂੰ ਹੋਰ ਤਰੱਕੀਆਂ ਦੇਵੇ। ਤੇ ਅਗਲੀ ਰੇਡ ਕਿਹਦੀ ਹੈ? ਰੇਡਰਾਂ ਦੀ, ਐਨ ਜਿਵੇਂ ਕਹਿ ਲਈਏ ਵੀ ਲੰਬ ਮਰਾਈ ਹੋਈ ਹੈ ਵਾਕਈ ਰੇਡਰਾਂ ਦੀ, ਕਹਿੰਦੇ ਰੇਲ ਬਣੀ ਹੋਈ ਆ ਪਰ ਉਧਰ ਗੁਰਦਾਸਪੁਰੀਆ ਨਾਲ ਕਹਿੰਦੇ ਹੁਸ਼ਿਆਰਪੁਰੀਆ ਨਾਲ ਕਹਿੰਦੇ ਹੁਸ਼ਿਆਰਪੁਰੀਆ
ਪਰ ਸਾਹਮਣੇ ਗੁਰਦਾਸਪੁਰੀ ਆ ਛੋਟਾ ਜਾਦਾ ਕਹਿੰਦੇ ਇਹਨੂੰ, ਇਹਨੂੰ ਛੋਟਾ ਜੋਧਾ ਛੋਟਾ ਜਾਦਾ ਕਹਿੰਦੇ ਆ। ਇਹਦੀ ਯਾਰੀ ਆ ਕਹਿੰਦੇ ਜਾਦੇ ਤੇ ਜੋਧੇ ਨਾਲ, ਯਾਰੀ ਆ ਕਹਿੰਦੇ ਜਾਦੇ ਤੇ ਜੋਧੇ ਨਾਲ ਮਿਲਣ ਦੀ ਫੇਰ ਕਬੱਡੀ ਹੈ। ਦਰਸ਼ਕ ਵੀ ਉਹ ਜਦੋਂ ਆ ਰੇਡ ਪਾਉਂਦਾ ਨਾ ਤੇ ਭੋਲਾ ਭਾਲਾ ਜਿਹਾ ਲੱਗਦਾ ਹੈ, ਕਹਿੰਦੇ ਵੀ ਖਰੇ ਖੇਡ ਹੋਣਾ ਕਿ ਨਹੀਂ ਹੋਣਾ, ਪਰ ਫੇਰ ਉਹੀ ਟੱਕਰ ਗਲੈਰੀ ਛਿੜਦੇ ਪਿੱਛੇ ਹਟ ਵੇ ਬਾਬੂ ਵੀ ਸਾਨੂੰ ਮਾਈਆ ਦੇਖਣ ਦੇ, ਕਿ ਪਿੱਛੇ ਹਟ ਵੇ ਬਾਬੂ ਵੀ ਸਾਨੂੰ ਮਾਈਆ ਦੇਖਣ ਦੇ। ਰੈਂਬੋ ਦੀ ਰੇਡ ਹੈ ਤੇ ਰੰਗੀਲਿਆ ਤੇਰਾ ਯਾਰ ਉਹ ਗੁਰਦਾਸਪੁਰੀਆ ਅਰਸ਼, ਉਹ ਗੁਰਦਾਸਪੁਰੀਆ ਕੇ ਗੁਰਦਾਸਪੁਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ। ਅਲੀ ਪੱਤਣ ਵੀਰ ਦਾ ਧੰਨਵਾਦ, ਸੁੱਖ ਘੋਲੀਆ ਸ਼ਾਹ ਵੀਰ ਦਾ ਧੰਨਵਾਦ, ਭੇਟਾਂ ਵਾਲਿਆ ਤੇਰਾ ਵੀ ਧੰਨਵਾਦ, ਕਾਲਕੜ ਸਾਹਿਬ ਤੁਹਾਡਾ ਵੀ ਧੰਨਵਾਦ, ਸੁੱਕੀ ਬਾਈ ਤੇਰਾ ਵੀ ਧੰਨਵਾਦ, ਵਿੱਕੀ ਬੜੇ ਪਿੰਡ ਵਾਲਾ, ਵਿੱਕੀ ਬੜੇ ਪਿੰਡ ਵਾਲਾ, ਬੜੇ ਪਿੰਡ ਵਾਲਾ, ਬੜੇ ਪਿੰਡ ਵਾਲਾ, ਮਿੱਠੂ ਦਾ ਪੱਠਾ, ਮਿੱਠੂ ਦਾ ਉਸਤਾਦ ਦਾ ਪੱਠਾ, ਵਾਓ ਵਿੱਕੀ ਸੇ ਕੇ ਪੰਜ ਪੌੜੀਆਂ ਚਵਾਰੇ ਟੱਪ ਜਾ, ਇਹ ਜੂਣੀ ਘੋੜੀ ਬੱਗੀ ਘੋੜੀ ਜੋਣੇ ਮੋੜ ਦੀ ਵਾਕਈ ਹੋ ਜਾਂਦੀ ਹੈ। ਜਵਾਨ ਕਾਲਕੜ ਸਾਹਿਬ ਮੁਬਾਰਕਾਂ, ਤੁਹਾਨੂੰ ਪਾਣੀ ਮੰਗਾ ਦਿਓ ਜੀ, ਸਾਡੇ ਵਲੰਟੀਅਰ ਵੀਰਾਂ ਨੂੰ ਬੇਨਤੀ ਹੈ ਵੀ ਪਾਣੀ ਜ਼ਰੂਰ ਪਹੁੰਚਦਾ ਕੀਤਾ ਜਾਵੇ ਖੇਡ ਗਰਾਊਂਡ ਦੇ ਵਿੱਚ। ਆਪਾਂ ਸਕੋਰਾਂ ਦਾ ਵੇਰਵਾ ਦੱਸ ਦਈਏ ਦਰਸ਼ਕ ਵੀਰੋ, ਜੇ ਤੁਹਾਨੂੰ ਹਾਂ ਰਣਕ ਸਾਹਿਬ ਪਹਿਲਾਂ ਹਾਫ ਦੇ ਵਿੱਚ ਸੂਸਾਂ ਦੇ 12 ਨੰਬਰ ਸੀ ਤੇ ਕੇਸ਼ੀ ਕਟਵਾਰਾ ਦੇ ਨੰਬਰ ਸੀ 14.5 ਤੇ ਸੈਕਿੰਡ ਹਾਫ ਤੋਂ ਬਾਅਦ ਕੇਸ਼ੀ ਕਟਵਾਰਾ ਦੇ ਨੰਬਰ ਨੇ 26 ਤੇ 32 ਨੰਬਰ ਨੇ ਸੂਸਾਂ ਦੀ ਟੀਮ ਦੇ। ਇੱਕ ਵਾਰੀ ਤਾੜੀ ਮਾਰ ਦਿਓ, ਸੂਸਾਂ ਨੇ ਜਿੱਤ ਗਏ ਹੈ। ਬੱਲੇ ਸ਼ਾਬਾ, ਐਨ ਕਹਿੰਦੇ ਮੈਚ ਨੇ ਨਜ਼ਾਰਾ ਬੰਨ ਕੇ ਰੱਖ ਦਿੱਤਾ ਮੇਰੇ ਵੀਰੋ, ਦੁਨੀਆ ਨੂੰ ਖੁਸ਼ ਕਰ ਦਿੱਤਾ ਹੈ।